सत श्री अकाल जी, होप यू आर नॉट डूइंग वेल। सो गाइस, आज दी ए वीडियो विच असीं गल करन वाले हां कि बहुत जरूरी टॉपिक ते आपणियां मुस्टैशिस ते। तुहानूं पता ना किन्नी टौर बणदी है मुछां दे नाल अपनी, राइट, किन्नी पर्सनैलिटी चेंज हो जांदी आ जदों अपनी वधिया सोहणी मुस्टैश हुंदी आ। सो अज असीं कंप्लीटली गल करन जा रहे हां सब प्रॉब्लम्स दे बारे। मुस्टैशिस दी ग्रोथ स्लो आ, मुस्टैशिस कर्ल करन ते अग्गे आ जांदियां ने, मुस्टैशिस विच डैंड्रफ ईचिंग हुंदी आ आपां नूं। इक राइट वे की आ मुस्टैशिस नूं कर्ल करन दा, सारे दिन अपनी मुस्टैशिस इस तरीके दे नाल रहण, इहदे लई आपां की करांगे। सो गाइस, अज्ज दी वीडियो बहुत सिंपल ते बहुत फास्ट होगी, ध्यान नाल सुणियो, एक वी रूल मिस ना करियो। लेट्स बिगिन दिस टॉपिक। अज कल इंटरनेट ते बहुत कुछ विक रहा, ए लाओगे तां ग्रोथ फास्ट होगी, ए लाओगे तां वाल थिक आउणगे, बहुत कुछ विक रहा, कम भी करता है, पर इहदा मतलब यह नहीं कि असीं हर एक चीज़ नूं ट्राई करन बैठ जांगे कि यार आ चीज़ वधिया इत्थों बाय कर ली, ओह चीज़ वधिया इत्थों बाय कर ली। नहीं, असीं हमेशा ट्राई करनी है 3 to 4 months वास्ते असीं सिर्फ एक प्रोडक्ट यूज करांगे, चाहे वह जिहड़ा मर्जी होवे। रिसर्च करो, रिव्यूज देखो, दा फीडबैक चैक करो, यूट्यूब ते, गूगल ते, फेसबुक ते, देन कोई चीज़ नूं तुसीं बाय करो, ट्राई करो। एवें नहीं कि असीं हुण यूज़ कीती चीज़ आ वाली छड्डती बिकॉज़ कोई रिजल्ट नहीं आया, कोई होर चीज़ फड़ ली आपां, इदां नहीं करना। इहदे नाल हुंदा की है, असर उल्टा शुरू हो जांदा है। अपनी स्किन जिहड़ी स्कैल्प हुंदी है ना थले बीयर्ड दे या मुस्टैशिस दे, ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ। ਅੱਜ ਤੋਂ ਬਾਅਦ ਅਸੀਂ ਕੋਈ ਵੀ ਚੀਜ਼ ਯੂਜ਼ ਕਰ ਰਹੇ ਹਾਂ ਆਪਣੀ ਬੀਅਰਡ ਮੁਸਟੈਸ਼ਿਸ ਤੇ, ਤਾਂ ਅਸੀਂ ਹਮੇਸ਼ਾ ਇੱਕ ਪ੍ਰੋਡਕਟ ਨੂੰ ਐਟਲੀਸਟ 4 or 6 months ਲਈ ਯੂਜ਼ ਕਰਨਾ ਕੰਟੀਨਿਊਸਲੀ। ਦੈਨ ਅਸੀਂ ਚੇਂਜ ਕਰਾਂਗੇ ਕਿ ਹਾਂ ਮੈਨੂੰ ਇਹਦਾ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ। ਬਹੁਤ ਜਲਦੀ ਆਪਾਂ ਨੂੰ ਕਿ ਮੁਸਟੈਸ਼ਿਸ ਬਹੁਤ ਜਲਦੀ ਅਸੀਂ ਗਰੋ ਕਰ ਲਈਏ, ਬੀਅਰਡ ਗਰੋ ਕਰ ਲਈਏ। ਲੈਟ ਇਟ ਗਰੋ, ਟਾਈਮ ਦੋ ਚੀਜ਼ ਨੂੰ ਕਿ ਚੀਜ਼ ਹੌਲੀ 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 ਆਪਣੀ ਵੱਧ ਸਕੇ। ਸੋ ਰਸ਼ ਨਾ ਕਰੋ ਇੰਨੀ ਫਾਸਟ, ਆਪਾਂ ਨੂੰ ਲੋੜ ਨਹੀਂ ਕਾਹਲੀ ਕਰਨ ਦੀ। ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰੋ, ਆਪਣੇ ਕਰੀਅਰ ਵੱਲ ਧਿਆਨ ਦਿਓ। ਮੁਸਟੈਸ਼ਿਸ ਬੀਅਰਡ ਦੀ ਜਿਹੜੀ ਗਰੋਥ ਦੀ ਸਪੀਡ ਹੈ, ਇਹ ਆਪਣੇ ਆਪ ਤੁਹਾਨੂੰ ਆ ਟਾਈਮ ਦੇ ਨਾਲ ਮਿਲ ਜੂਗੀ। ਜੈਨੇਟਿਕਸ ਬਹੁਤ ਮੈਟਰ ਕਰਦੇ ਨੇ, ਆਪਣੇ ਡੈਡ, ਆਪਣੇ ਗ੍ਰੈਂਡ ਪੇਰੈਂਟਸ ਦੀ ਮੁਸਟੈਸ਼ਿਸ ਦੀ ਗਰੋਥ ਦੀ ਸਪੀਡ ਕੀ ਸੀ, ਕਿੰਨੇ ਟਾਈਮ ਪੀਰੀਅਡ ਚ ਉਹਨਾਂ ਦੀ ਆ ਗਈ ਸੀਗੀ। ਕਈ ਵਾਰੀ ਕੀ ਹੁੰਦਾ, ਆਪਣੀ ਲੇਟ ਆਉਂਦੀ ਆ ਬਟ ਆ ਜਾਂਦੀ ਆ। ਇਹ ਅਸੀਂ ਗੱਲ ਕਰੀ ਉਹਨਾਂ ਬਾਰੇ ਜਿਨ੍ਹਾਂ ਦੇ ਹਲੇ ਮੁਸਟੈਸ਼ਿਸ ਨਹੀਂ ਆ ਰਹੀਆਂ, ਜਿਨ੍ਹਾਂ ਦੇ ਆ ਚੁੱਕੀਆਂ ਨੇ ਉਹਨਾਂ ਨੂੰ ਰਾਈਟਲੀ ਵੇ ਨਾਲ ਡਰੈਸ ਕਰਨਾ ਨਹੀਂ ਆਉਂਦਾ, ਮੁਸਟੈਸ਼ਿਸ ਪ੍ਰੋਪਰਲੀ ਕਰਲ ਕਿਵੇਂ ਕਰਨੀਆਂ ਨੇ। ਹੁਣ ਇਸ ਤਰ੍ਹਾਂ ਦੀ ਮੁਸਟੈਸ਼ਿਸ ਨੂੰ ਰੱਖਣ ਵਾਸਤੇ ਤੁਹਾਨੂੰ ਬਹੁਤ ਧਿਆਨ ਦੇਣਾ ਪੈਣਾ ਕਈ ਪੁਆਇੰਟਸ ਵੱਲ। ਲੈਟਸ ਬਿਗਿਨ ਟੂ ਆ ਪੁਆਇੰਟ ਨੰਬਰ 1, ਕਰਲਿੰਗ ਯੋਰ ਮੁਸਟੈਸ਼ਿਸ ਰੋਂਗ। ਅਸੀਂ ਮੁੱਛਾਂ ਨੂੰ ਵੱਟ ਸਹੀ ਨਹੀਂ ਦਿੰਦੇ ਹੈਗੇ, ਗਲਤ ਦਿੰਦੇ ਹਾਂ। ਅਸੀਂ ਕਰਦੇ ਕੀ ਹਾਂ, ਇਸ ਤਰੀਕੇ ਨਾਲ ਕਰੀ ਜਾਂਦੇ ਹਾਂ ਸਾਰਾ ਦਿਨ ਬੈਠੇ ਬੈਠੇ, ਬਸ ਬਈ ਆਪਣੀ ਮੁੱਛਾਂ ਇੱਦਾਂ ਹੀ ਰਹਿਣਗੀਆਂ, ਕਿੰਨਾ ਟਾਈਮ ਤੱਕ ਇੱਦਾਂ ਰਹਿ ਲੈਣਗੀਆਂ ਮੁੱਛਾਂ ਆਪਣੀਆਂ, ਰਾਈਟ। ਇਹ ਚੀਜ਼ਾਂ ਬਿਲਕੁਲ ਗਲਤ ਨੇ। ਵਾਹ ਖੜ ਖੜ ਕੇ ਇੱਦਾਂ ਹੀ ਘੁਮਾਈ ਜਾਣਾ ਇਹਨੂੰ, ਜਾਂ ਅੱਗੇ ਕਰਦੇ ਰਹਿਣਾ ਵੀ ਸਾਡੀ ਮੁੱਛਾਂ ਅੱਗੇ ਰਹਿਣਗੀਆਂ, ਐਵੇਂ ਕੁਝ ਨਹੀਂ ਹੈਗਾ। ਚੈੱਕ ਆਊਟ ਦਿਸ ਰੀਲ, ਆ ਰੀਲ ਦੇਖੋ, ਮੈਂ ਕਿੰਨਾ ਸਿੰਪਲੀ ਵੇਟ ਆ, ਸਿਰਫ ਇੱਕ ਡਰਾਇਰ ਯੂਜ਼ ਕੀਤਾ, ਬਸ ਹੌਲੀ ਹੌਲੀ ਹਰ ਰੋਜ਼ ਇਸ ਤਰੀਕੇ ਨਾਲ ਡਰੈਸਿੰਗ ਕਰਨ ਨਾਲ ਆਪਣੀ ਪੋਜੀਸ਼ਨ ਮੁਸਟੈਸ਼ਿਸ ਦੀ ਬਹੁਤ ਹੱਦ ਤੱਕ ਸਹੀ ਹੋ ਜੂਗੀ ਵਿਦ ਟਾਈਮ। ਨਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਰਾਇਰ ਨੂੰ ਐਕਸਟਰਾ ਯੂਜ਼ ਕਰ ਲਾਂਗੇ, ਯੂਜ਼ ਡਰਾਇਰ ਫੋਰ ਐਟਲੀਸਟ 4 to 5 minutes। ਇੱਕ ਛੋਟਾ ਡਰਾਇਰ ਆਉਂਦਾ 1000 watt ਦਾ, ਉਹ ਲੈ ਆਓ, ਮੈਂ ਤੁਹਾਨੂੰ ਦਿਖਾਇਆ ਇਸ ਰੀਲ ਦੇ ਵਿੱਚ, ਚੈੱਕ ਕਰੋ ਤੁਸੀਂ, ਚਾਹੇ ਇਹਨੂੰ ਆਨਲਾਈਨ ਬਾਏ ਕਰ ਲਓ, ਚਾਹੇ ਤੁਸੀਂ ਜਾ ਕੇ ਮਾਰਕੀਟ 'ਚੋਂ ਖੁਦ ਲੈ ਆਓ। ਇਹਨੂੰ ਅਸੀਂ 4 to 5 minutes ਵਾਸਤੇ ਯੂਜ਼ ਕਰਨਾ, ਦੈਟਸ ਇਟ। ਇਹ ਨਹੀਂ ਕਿ ਆਪਾਂ ਇੱਕ ਘੰਟਾ ਜਾਂ ਦਿਨ 'ਚ 4-4 ਵਾਰੀ ਯੂਜ਼ ਕਰ ਰਹੇ ਹਾਂ, ਫਿਰ ਉਹ ਚੀਜ਼ ਬਿਲਕੁਲ ਗਲਤ ਆ। ਨਾ ਹੋਊਗਾ ਕਿ ਆਪਣੀ ਹੇਅਰ ਫਾਲ ਹੋਣੀ ਸ਼ੁਰੂ ਹੋ ਜੂਗੀ, ਵਾਲ ਟੁੱਟਣੇ ਸ਼ੁਰੂ ਹੋ ਜਾਣਗੇ ਆਪਣੇ, ਡਰਾਈਨੈਸ ਆਊਗੀ, ਈਚਿੰਗ ਹੋਊਗੀ, ਤੁਹਾਨੂੰ ਵਿੱਚ ਡੈਂਡਰਫ ਆਊਗੀ। ਸੋ ਆਪਾਂ ਉਹ ਕੰਮ ਨਹੀਂ ਕਰਨਾ, 5 to 4 minutes ਵਾਸਤੇ ਇੱਕ ਦਿਨ ਵਿੱਚ ਇਨਾਫ ਆ। ਡਰਾਇਰ ਯੂਜ਼ ਕਰਨ ਤੋਂ ਬਾਅਦ ਅਸੀਂ ਇੱਕ ਮਿਸਟੇਕ ਜ਼ਰੂਰ ਕਰਦੇ ਹੁੰਦੇ ਹਾਂ, ਸ਼ਾਇਦ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੀ ਆ ਮਿਸਟੇਕ ਕਰਦੇ ਨੇ, ਯੂਜ਼ਿੰਗ ਟੂ ਮੱਚ ਆਇਲ ਔਰ ਵੈਕਸ। ਆਪਣਾ ਪਰਪਸ ਕੀ ਆ, ਇੱਕ ਤਾਂ ਮੁਸਟੈਸ਼ਿਸ ਤੇ ਆਪਣੀ ਸ਼ਾਈਨ ਰਵੇ, ਇੱਕ ਮੁਸਟੈਸ਼ਿਸ ਆਪਣੀਆਂ ਹਾਰਡ ਰਹਿਣ, ਹਾਰਡ ਹੋਣਗੀਆਂ ਤਾਂ ਹੀ ਇੱਦਾਂ ਰਹਿਣਗੀਆਂ ਆਪਣੀਆਂ। ਹੁਣ ਅਸੀਂ ਗਲਤੀ ਕੀ ਕਰਦੇ ਹਾਂ, ਸਵੇਰੇ ਅਸੀਂ ਉੱਠ ਕੇ ਸ਼ਾਵਰ ਲੈਣ ਤੋਂ ਬਾਅਦ ਡਰਾਈ ਯੂਜ਼ ਕਰਨ ਤੋਂ ਬਾਅਦ ਵੱਧ ਵੈਕਸ ਲਾ ਲੈਂਦੇ ਹਾਂ, ਜਾਂ ਇਸ ਨੂੰ ਵੱਧ ਹੀ ਆਇਲ ਲਾ ਲੈਂਦੇ ਹਾਂ। ਇੱਦਾਂ ਨਹੀਂ ਕਰਨਾ, ਅਸੀਂ ਬਹੁਤ ਮਿਨੀਮਲ ਜਿਹਾ ਆਇਲ ਯੂਜ਼ ਕਰਨਾ। ਵੈਸੇ ਤਾਂ ਆਈ ਵਿਲ ਰਿਕਮੈਂਡ ਯੂ, ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਇਲ ਯੂਜ਼ ਕਰੋ ਮੁਸਟੈਸ਼ਿਸ ਤੇ, ਬਹੁਤ ਥੋੜਾ ਮਿਨੀਮਲ ਜਿਹਾ। ਗਰੂਮਿੰਗ ਰੱਖਣੀ ਜ਼ਰੂਰੀ ਆ, ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਟਾਈਮ ਓਵਰ ਚੱਲਾਂਗੇ, ਸਾਰਾ ਦਿਨ ਬੈਠੇ ਬੈਠੇ ਇੱਦਾਂ ਕਰੀ ਜਾਣਾ, ਦੈਟ ਇਜ਼ ਬੈਡ ਹੈਬਿਟ। ਅਸੀਂ ਆਫਿਸ 'ਚ ਬੈਠੇ ਹਾਂ, ਅਸੀਂ ਕਿਤੇ ਆਪਣੀ ਕਲਾਸ 'ਚ ਬੈਠੇ ਹਾਂ, ਅਸੀਂ ਕਦੇ ਕਿਸੇ ਨਾਲ ਮੀਟਿੰਗ ਕਰ ਰਹੇ ਹਾਂ, ਸਾਰਾ ਟਾਈਮ ਇੱਦਾਂ ਕਰੀ ਜਾਣਾ, ਉਹ ਵੀ ਬਹੁਤ ਚੰਗੀ ਗੱਲ ਨਹੀਂ ਹੈਗੀ, ਰਾਈਟ। ਸੋ ਅਸੀਂ ਇਹ ਆਦਤ ਨੂੰ ਘਟਾਉਣਾ ਆਪਣੀ, ਜਦੋਂ ਤੁਹਾਨੂੰ ਲੱਗਿਆ ਵੀ ਲੋੜ ਹੈਗੀ ਅਸੀਂ ਉਦੋਂ ਹੀ ਇਹਨੂੰ ਥੋੜ੍ਹਾ ਜਿਹਾ ਬਸ ਇੱਦਾਂ ਕਰ ਲਿਆ, ਦੈਟਸ ਇਟ। ਸਵੇਰੇ ਉੱਠ ਕੇ ਡਰਾਇਰ ਯੂਜ਼ ਕਰਨ ਤੋਂ ਬਾਅਦ ਨਾ 5 minutes ਦੇ ਵਾਸਤੇ ਇੱਕ ਹਲਕੀ ਜਿਹੀ ਉੱਤੇ ਪੱਟੀ ਬੰਨ ਲਿਆ ਕਰੋ, 50 ਜੇ ਆਪਣੀ ਹੁੰਦੀ ਹੈ ਨਾ ਕੋਈ ਪਈ ਹੋਈ ਪੁਰਾਣੀ 50, ਉਹਨੂੰ ਬੰਨ ਲਿਆ ਕਰੋ ਇੱਥੇ, ਅਤੇ ਬੋਲਣਾ ਨਹੀਂ ਹੈ ਬਿਲਕੁਲ ਵੀ। 10-15 minutes ਵਾਸਤੇ ਉਹਨੂੰ ਰੱਖੋ ਬੰਨ ਕੇ, ਤੁਹਾਡੀ ਮੁਸਟੈਸ਼ਿਸ ਬਹੁਤ ਹੱਦ ਤੱਕ ਇੱਦਾਂ ਹੀ ਸਾਰਾ ਦਿਨ ਰਹਿਣਗੀਆਂ ਕਰਲ ਪ੍ਰੋਪਰਲੀ। ਸੋ ਗਾਇਸ, ਇਹ ਸੀ ਆਪਣੀ ਅੱਜ ਦੀ ਵੀਡੀਓ, ਸਿੰਪਲ, ਬਹੁਤ ਫਾਸਟ ਐਂਡ ਬਹੁਤ ਵਧੀਆ ਸੀਗੀ। ਹਿੱਟ ਲਾਈਕ ਤੁਹਾਨੂੰ ਜੇ ਪੁਆਇੰਟਸ ਚੰਗੇ ਲੱਗੇ, ਬਿਕੋਜ਼ ਇਹ ਪੁਆਇੰਟਸ ਹਰ ਕੋਈ ਤੁਹਾਨੂੰ ਐਕਸਪਲੇਨ ਨਹੀਂ ਕਰੂਗਾ। ਐਂਡ ਡੂ ਕਮੈਂਟ ਇਫ ਯੂ ਹੈਵ ਐਨੀ ਡਾਊਟ।
ਤੁਹਾਨੂੰ ਕੋਈ ਚੀਜ਼ ਡਾਊਟ ਹੋਵੇ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਐਂਡ ਮੇਕ ਸ਼ੋਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓਗੇ ਬਿਕਾਜ਼ ਵੀ ਵਾਂਟ ਟੂ ਹਿੱਟ 1 ਮਿਲੀਅਨ ਦਿਸ ਈਅਰ ਸੋ ਗਾਈਜ਼ ਗੋ ਹੈਡ ਸਪੋਰਟ ਮੀ